ਤੇ ਲੋ ਬਾਈ ਜਿਹੜਾ ਆਪਣੇ ਕੋਲ 21 ਮਾਡਲ ਦਾ ਟਰੈਕਟਰ 855 ਉਹ ਵੀ ਦੇਤਾ ਅੱਜ, ਇਹ ਵੀ ਹੋ ਗਿਆ ਸੇਲ ਜੀ। ਜੋਤ ਬਾਈ ਨਾਲ ਮਿਲਾਉਂਦੇ ਤੁਹਾਨੂੰ, ਕਿਆ ਹਾਲ ਆ ਵੀਰੇ? ਬਾਈ ਅੱਜ ਦੇਖੋ ਨਵੀਂ ਲੁੱਕ 'ਚ ਪੇਸ਼ ਹੋਇਆ ਤੇ ਦਾੜੀ ਮੁੱਛਾਂ ਬਾਈ ਤਾਜ਼ੀਆਂ ਕਟਾਈਆਂ? ਕੱਲ੍ਹ ਛੁੱਟੀ ਕਰ ਦੇਣਾ, ਠੀਕ ਆ। ਬੁੜੇ ਜਿਹੇ ਲੱਗਣ ਲੱਗ ਗਏ ਨਾ, ਟਰੈਕਟਰ ਚੱਲਿਆ ਅੱਜ? ਹਾਂ, ਹੋਮ ਡਿਲੀਵਰੀ ਕਰਕੇ ਆਊਂਗਾ। ਹੋਮ ਡਿਲੀਵਰੀ, ਠੀਕ ਆ ਬਾਈ। ਇਹ ਕਈ ਵਾਰ ਮਸਲਾ ਅੜ ਜਾਂਦਾ, ਫਿਰ ਕਰਨੀ ਪੈਂਦੀ ਆ ਸਾਡੇ ਨੂੰ, ਠੀਕ ਹੈ, ਮਜਬੂਰੀ ਹੋ ਜਾਂਦੀ, ਠੀਕ ਹੈ। ਪਰ ਉਦਾਂ ਵੀਰ ਹੁਣ ਕੋਈ ਲਾਹਾ ਨਾ ਲਿਓ ਵੀ, ਹਾਂ ਹਾਂ, ਹੋਮ ਡਿਲੀਵਰੀ ਕਰੋ ਸਾਡੀ। ਆਹੋ, ਕਈ ਵਾਰ ਹੁਣ ਜਾਂਦਾ ਬੰਦਾ ਪਹਿਲਾਂ ਹੀ ਸ਼ਰਤ ਰੱਖ ਦਿੰਦਾ, ਫਿਰ ਕਰਨੀ ਪੈਂਦੀ ਹੈ, ਠੀਕ ਨੀ? ਬੰਦੇ ਘੈਂਟ ਆਪਣੇ, ਹਾਂ ਪੁਰਾਣੇ ਪਾਕ ਬੰਦੇ ਆ। ਬਿਲਕੁਲ ਬਿਲਕੁਲ, ਠੀਕ ਹੈ ਠੀਕ ਹੈ ਠੀਕ ਹੈ ਨਾ, ਠੀਕ। ਹੋਰ ਨਵੀਂ ਤਾਜ਼ੀ ਬਾਈ ਕੋਈ? ਠੰਡ ਹੈਗੀ ਹੈ ਥੋੜ੍ਹੀ। ਹਾਂ ਅੱਛਾ, ਅਤੇ ਧੁੱਪਾਂ ਨਿਕਲਦੀ ਨਹੀਂ ਹੈਗੀ। ਹਾਂ ਆਪਾਂ ਦੋ ਤਿੰਨ ਵੀਡੀਓ ਚ ਵੀ ਟਰੈਕਟਰ ਦਿਖਾਇਆ ਪਤਾ ਬਾਈ, ਇਹ 91 ਨੰਬਰ ਦਾ ਬਾਈ, ਟਾਇਰ ਨਾਲ ਦੇ ਟਰੈਕਟਰ ਦੇ 70-75 ਪੈਸੇ। ਲਓ ਜੀ, ਓਕੇ, ਹੌਲੀ ਜਾਈ ਆਰਾਮ ਨਾਲ, ਮੁੜੇ ਆਈ ਟਾਈਮ ਨਾਲ ਬਾਈ, ਆ ਜਾ ਆ ਜਾ। ਲਓ ਬਾਈ 855 ਕਰਤਾ ਅਲਵਿਦਾ। ਲਓ ਬਾਈ ਬਾਬੇ, ਉਹ ਟਰੈਕਟਰ ਦੇ ਤਾ ਆਪਾਂ ਨੇ 855, ਅਤੇ ਟਰੈਕਟਰ ਹੋ ਗਏ ਸੀ ਆਪਣੇ ਕੋਲ ਆਏ ਨੂੰ 15-20 ਦਿਨ, ਅਤੇ ਟਰੈਕਟਰ ਵਧੀਆ ਸੀਗਾ ਬਾਈ। ਅਤੇ ਹੋਰ ਤਾਂ ਫਿਲਹਾਲ ਇੰਨੇ ਕੋਈ ਟਰੈਕਟਰ ਆਇਆ ਨਹੀਂ ਹੈਗਾ, ਫੋਨ ਆਈ ਜਾਂਦੇ ਵੀਰਾਂ ਦੇ ਬਾਈ ਟਰੈਕਟਰ ਲੈਣ ਵਾਸਤੇ, ਅਤੇ ਤੁਹਾਨੂੰ ਪਤਾ ਵੀ ਠੰਡ ਥੋੜ੍ਹੀ ਜਿਹੀ ਹੋਈ ਵੀ ਹੈ, ਕਿਤੇ ਦੇਖਣ ਜਾ ਨਹੀਂ ਹੁੰਦਾ ਟਰੈਕਟਰ, ਤਾਂ ਕਰਕੇ ਇੰਨੇ ਥੋੜ੍ਹੀਆਂ ਬ੍ਰੇਕਾਂ ਹੀ ਲੱਗੀਆਂ ਵਾ ਟਰੈਕਟਰਾਂ 'ਤੇ। ਅਤੇ ਇੱਧਰ ਸੋਨਾਲੀਕਾ ਵਾਲੇ ਵੀਰਾਂ ਕੋਲ ਆਏ ਵੇ ਦੇ ਬਾਈ, ਇਹਨਾਂ ਕੋਲ ਇੱਕ ਟਰੈਕਟਰ ਆਇਆ 735, ਕਈ ਵੀਰਾਂ ਦੇ ਫੋਨ ਆਏ ਵੇ ਦੇ ਬਾਈ ਵੀ ਘੱਟ ਰੇਟ ਵਾਲਾ ਟਰੈਕਟਰ ਲੈਣਾ, ਘੱਟ ਰੇਟ ਵਾਲਾ, ਅਤੇ ਕਿਹਨਾਂ ਕੋਲ ਖੜ੍ਹਾ ਵਿੱਚ ਕੱਟਿਆ ਵਾ, ਇਹਨਾਂ ਨੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ, ਜੇ ਕੋਈ ਚਾਹਵਾਨ ਹੋਇਆ ਤਾਂ ਦੇਖ ਲਿਓ ਬਾਈ। ਬਾਈ ਤੁਹਾਨੂੰ ਪਤਾ ਜਿਵੇਂ ਕਿ 2024 ਚੜ੍ਹ ਗਿਆ, ਨਵੇਂ ਮਾਰਕ ਵਾਲੇ ਟਰੈਕਟਰ ਆਉਣ ਲੱਗ ਗਏ 2024 ਵਾਲੇ, ਅਤੇ ਟਰੈਕਟਰ ਇਹਨਾਂ ਕੋਲ ਕਾਫੀ ਸਟੋਕ ਹੋ ਗਿਆ ਬਾਈ ਨਵਿਆਂ ਦਾ, ਟਰੈਕਟਰਾਂ ਦਾ 4 ਆ ਖੜ੍ਹੇ ਆ, 2 ਅੰਦਰ ਖੜ੍ਹੇ ਨੇ, 5-6 ਟਰੈਕਟਰ ਹੋ ਗਏ, 750 ਟਰੈਕਟਰ ਵੱਧ ਆਉਂਦਾ ਬਾਈ ਇਹਨਾਂ ਕੋਲ, ਕਿਉਂਕਿ 750 ਟਰੈਕਟਰ ਵੱਧ ਵਿਕਦਾ ਸਾਰਿਆਂ ਨਾਲ। ਚੱਲੀਏ ਵੀਰੇ। ਲਓ ਬਾਈ ਮੇਰਾ ਬੰਦਾ ਆ ਗਿਆ ਬਾਈ, ਮਾੜਾ ਜਿਹਾ ਆਪਾਂ ਨੇ ਆ ਤੇਰਾ ਟਰੈਕਟਰ ਦਿਖਾਉਣਾ ਜਿਹੜਾ ਵਿੱਚ ਕੱਟਿਆ, 735 97 ਮਾਡਲ ਆ ਬਾਈ। ਬਾਈ ਟਰੈਕਟਰ ਦੇਖ ਲਓ, ਟਰੈਕਟਰ ਉੱਦਾਂ ਇਹਨਾਂ ਨੇ ਧੋਤਾ ਧੋਤਾ ਨਹੀਂ ਹੈਗਾ, ਇਕੱਲੇ ਵਿੱਚ ਕੱਟਿਆ ਹੈ, ਕੰਡੀਸ਼ਨ ਤੁਹਾਡੇ ਸਾਹਮਣੇ, ਮਾਡਲ 97 ਬਾਈ, ਇਹ ਠੀਕ ਹੈ ਬਾਈ। ਟਾਇਰ ਤਾਂ ਮੰਨ ਕੇ ਚਲੋ ਮੁਰਲੇ 40 ਕੁ ਪੈਸੇ ਟਾਇਰ ਮੰਨ ਲਓ, 35-40 ਪੈਸੇ ਚਾਰੇ, ਠੀਕ ਹੈ ਜੀ, 97 ਮਾਡਲ ਹੈ, ਕੰਡੀਸ਼ਨ ਤੁਹਾਡੇ, PB16 ਨੰਬਰ, ਅਨੰਦਪੁਰ ਸਾਹਿਬ ਦਾ ਨੰਬਰ ਹੈ ਨਾ ਬਾਈ? ਅੱਛਾ, ਲਓ ਜੀ ਬਾਈ, ਹਾਂ ਮਾਰ ਕੇ ਮੁਰ ਕੇ 97 ਸਟਾਰਟ। ਬਾਕੀ ਬਾਈ ਟਰੈਕਟਰ 'ਚ ਕੋਈ ਹੋਇਆ ਚਾਹਵਾਨ ਆ ਕੇ ਦੇਖ ਲਿਓ, ਅਤੇ ਉੱਦਾਂ ਠੀਕ ਹੈ, ਇੰਜਣ ਗੇਅਰ ਦਾ ਵਧੀਆ ਬਾਈ ਟਰੈਕਟਰ, ਜਿੱਦਾਂ ਕਿਸੇ ਨੇ ਬਾਈ ਛੋਟੇ ਮੋਟੇ ਕੰਮ ਵਾਸਤੇ ਲੈਣਾ ਹੈ ਉਹਦੇ ਵਾਸਤੇ ਟਰੈਕਟਰ ਮਾੜਾ ਨਹੀਂ ਹੈਗਾ। ਅਤੇ ਨੰਬਰ ਸ਼ੋਅ ਕਰ ਦਿੰਦੇ, 98-158-43-628, ਆਹ ਨੰਬਰ 'ਤੇ ਬਾਈ ਜਿਹਨੇ ਵੀ ਦੇਖਣਾ ਹੋਇਆ ਕੰਟੈਕਟ ਕਰ ਲਿਓ, ਆ ਕੇ ਦੇਖ ਜਿਓ, ਸੌਦਾ ਕਰ ਲਿਓ ਟਰੈਕਟਰ ਦਾ। ਅਤੇ ਕਈ ਦਿਨਾਂ ਤੋਂ ਮੇਰੇ ਹਿਸਾਬ ਨਾਲ ਬਾਈ ਆਪਣੇ ਜਿੱਦਾਂ ਕਿਸੇ ਨੇ
ਭੱਠੇ ਭੁੱਠੇ ਤੇ ਲਾਉਣਾ ਹੈ ਜਾਂ ਹੋਰ ਟਰਾਲੀ ਟਰੂਲੀ ਵਾਸਤੇ ਛੋਟੇ ਮੋਟੇ ਕੰਮ ਵਾਸਤੇ ਜਿਹਨੇ ਪੈਸੇ ਘੱਟ ਪਾਉਣੇ ਉਹਦੇ ਵਾਸਤੇ ਟਰੈਕਟਰ ਮਾੜਾ ਨਹੀਂ ਹੈਗਾ। ਠੀਕ ਹੈ ਜੀ, ਅਤੇ ਹੋਰ ਵੀ ਇਹਨਾਂ ਕੋਲ ਟਰੈਕਟਰ ਖੜ੍ਹੇ ਨੇ ਵਿੱਚ ਕੱਟੇ ਵੇ, ਉਹ ਵੀ ਤੁਹਾਨੂੰ ਦਿਖਾ ਦਾਂਗੇ ਬਾਈ। ਅਤੇ ਬਾਈ ਗੱਡੀ ਸਟਾਰਟ ਹੋ ਗਈ ਆਪਣੀ, ਲਓ ਜੀ ਆਪਲੇ ਬਾਈ ਨਾਲ ਜਾਂਦੇ ਹੁਣ ਆਪਾਂ। ਕਈ ਦਿਨ ਹੋ ਗਏ ਜਿੱਦਾਂ ਦੀ ਠੰਡ ਸ਼ੁਰੂ ਹੋਈ ਆ, ਆਪਾਂ ਬਾਈ ਨਾਲੇ ਗੱਡੀ ਜਾਈਦਾ, ਕਰੇਟਾ 'ਚ ਬਹਿ ਕੇ ਜਾਈਦਾ ਟੌਰ ਨਾਲ ਐਨ ਹੀਟਰਾਂ ਦੇ ਵਿੱਚ। ਅਤੇ ਲਓ ਜੀ ਆਪਲੇ ਵੀਰੇ ਚੱਲੀਏ, ਲਓ ਜੀ। ਅਤੇ ਬਾਈ ਬਾਈ ਦਾ ਪਿੰਡ ਵੀ ਮੇਤੇ ਥੋੜ੍ਹਾ ਜਿਹਾ ਗਾਹਾਂ ਜਾ ਕੇ ਬੇਲੇ ਦੇ ਅੱਗੇ ਖਾਨਪੁਰ ਪਿੰਡ ਹੈ, ਉੱਥੇ ਦਾ ਬਾਈ। ਬਾਈ ਮੇਰੇ ਪਿੰਡ ਕੋਲ ਲੰਘਦਾ, ਮੈਂ ਬਾਈ ਹੁਣ ਤੂੰ ਹੀ ਲੈ ਜਾ ਕਰ ਸਿਆਲ ਸਿਆਲ, ਠੰਡ ਬਹੁਤ ਆ ਬਾਈ। ਹੁਣ ਬਾਈ ਦਾ ਗੱਡੀ ਲੈ ਕੇ ਆਉਂਦਾ ਹੀ ਆ, ਬਾਈ ਦੇ ਨਾਲੇ ਬਹਿ ਕੇ ਆ ਜਾਈਦਾ ਟੌਰ। ਬਾਈ ਘਰ ਦੇ ਮੂਹਰੇ ਆ ਕੇ ਲੈ ਜਾਂਦਾ, ਘਰ ਦੇ ਮੂਹਰੇ ਹੀ ਛੱਡ ਜਾਂਦਾ। ਇੱਕ ਦਿਨ ਆਇਆ ਬਾਈ ਬੁਲਟ, ਪਰ ਬੱਸ ਹੋ ਗਈ ਸੀ। ਅੱਛਾ, ਬੁਲਟ ਤੇ ਗੱਡੀ ਉਹ ਲੈਣ ਲੱਗ ਗਿਆ ਮੈਂ। ਹਾਂ ਬਾਈ, ਇਹ ਫਰਕ ਪੈਂਦਾ ਹੁਣ ਬੰਦਾ ਮੈਨੇਜਰ ਆ ਸੋਨਾਲੀਕਾ ਵਿੱਚ ਬਾਈ, ਫਿਰ ਤੁਹਾਨੂੰ ਪਤਾ ਹੀ ਆ ਵੀ। ਬਾਕੀ ਚੱਲ ਊਂ ਵੀ ਬਾਈ ਐਨ ਪੂਰਾ ਸ਼ੌਕੀਨ ਆ ਸਭ ਕਿਸੇ ਦਾ, ਕੋਈ ਚੱਕਰ ਨਹੀਂ ਹੈ ਏਡਾ। ਅਤੇ ਬਾਕੀ ਬਾਬੇ ਵੀਰੇ ਟਰੈਕਟਰ ਟਰੂਕਟਰ ਵਧੀਆ ਪੈ ਗਿਆ ਐਤਕੀ? ਟਰੈਕਟਰ ਦਾ ਹਜੇ ਤਾਂ ਮੰਦਾ ਜਿਹਾ ਹੀ ਆ, ਆਹ ਮਹੀਨਾ ਮੰਦਾ ਥੋੜ੍ਹਾ ਜਿਹਾ ਨਾ, ਆਪਣੇ ਵੀ ਦੋ ਤਿੰਨ ਹੋਏ ਆ ਇਹ ਮਹੀਨੇ 'ਚ। ਠੀਕ ਆ, ਅਤੇ ਜਿਵੇਂ ਕਿ ਤੁਹਾਨੂੰ ਪਤਾ ਬਾਈ ਇਹਨਾਂ ਦਿਨਾਂ 'ਚ ਕਿਸੇ ਨੂੰ ਕੰਮ ਕਰਨ ਦੀ ਐਡੀ ਲੋੜ ਹੈ ਨਹੀਂ ਟਰੈਕਟਰਾਂ ਦੀ, ਅਸਲ ਵਿੱਚ ਮਾਰਚ ਮਹੀਨੇ ਵਿੱਚ ਜਾ ਕੇ ਟਰੈਕਟਰ ਵਿਕਣ ਲੱਗਣਾ। ਠੀਕ ਆ ਜੀ, ਅਤੇ ਬਾਕੀ ਜਿਹਨੂੰ ਲੋੜ ਹੈ ਕੋਈ ਅਗਲਾ ਲੈ ਵੀ ਜਾਂਦਾ ਹੈ, ਪਰ ਹੁਣ ਪੁਰਾਣੇ ਵੀ ਬਾਈ ਘੱਟੇ ਵਿਕੇ ਸਾਡੇ, ਪੁਰਾਣੇ ਘੱਟੇ ਵਿਕੇ। ਚਲੋ ਠੀਕ ਹੈ ਜੀ ਬਾਈ, ਹੋਰ ਤਾਂ ਕੋਈ ਵੀਡੀਓ 'ਚ ਹੈ ਨਹੀਂ ਕੋਈ ਦਿਖਾਉਣ ਨੂੰ। ਅਤੇ ਬਾਕੀ ਜੇ ਕਿਸੇ ਵੀਰ ਨੇ ਕੋਈ ਟਰੈਕਟਰ ਬਾਈ ਸਿੱਧਾ ਵੇਚਣਾ ਹੁੰਦਾ ਹੈ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰਿਆ ਕਰੋ ਬਾਈ, ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਪਾ ਦਿਆ ਕਰੋ ਵੀਰੇ, ਰੇਟ ਦੱਸ ਦਿਆ ਕਰੋ ਜੋ ਵੀ ਹੁੰਦਾ ਹੈ। ਅਤੇ ਕਈ ਵੀਰੇ ਬਾਈ ਇੱਦਾਂ ਹੀ ਵਟਸਐਪ 'ਤੇ ਫੋਟੋਆਂ ਪਾ ਦਿੰਦੇ ਨੇ ਬਾਈ, ਥੱਲੇ ਕੁਛ ਵੀ ਮੈਨਸ਼ਨ ਨਹੀਂ ਕਰਦੇ ਵੀ ਕਿਆ ਰੇਟ ਰੂਟ ਹੈ, ਤਾਂ ਮੇਰਾ ਵੀਰ ਦੱਸ ਦਿਆ ਕਰੋ ਸਾਰੀ ਡਿਟੇਲ ਦੇ ਦਿਆ ਕਰੋ ਟਰੈਕਟਰ ਦੀ। ਅਤੇ ਜੇ ਕਿਸੇ ਨੇ ਖਰੀਦਣਾ ਹੁੰਦਾ ਤਾਂ ਉਹ ਵੀ ਜ਼ਰੂਰ ਕੰਟੈਕਟ ਕਰਿਆ ਕਰੋ ਬਾਈ, ਆਪਣੇ ਕੋਲ ਹਰੇਕ ਤਰ੍ਹਾਂ ਦਾ ਟਰੈਕਟਰ ਹੁੰਦਾ ਸੈਕਿੰਡ ਹੈਂਡ। ਅਤੇ ਚਲੋ ਠੀਕ ਹੈ ਜੀ, ਵੀਡੀਓ ਦੇ ਵਿੱਚ ਇੰਨਾ ਹੀ, ਅਤੇ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਅਤੇ ਆਪਣੇ ਯੂਟਿਊਬ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ, ਅਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ। ਸਾਰਿਆਂ ਦਾ ਧੰਨਵਾਦ ਜੀ।